ਅਣਖ ਸਾਹਿਬ, ਭਗਵੰਤ ਮਾਨ ਦੀ ਜਾਨ ਬੜੀ ਕੁੜਿੱਕੀ ਚ ਫਸੀ ਹੈ। ਸਤੰਬਰ ਦੇ ਮਹੀਨੇ ਦੇ ਵਿੱਚ ਕਹਿੰਦੇ ਵਿੱਤੀ ਸੰਕਟ ਇੰਨਾ ਵੱਧ ਜਾਣਾ ਕਿ ਤਨਖਾਹਾਂ ਵੀ ਸ਼ਾਇਦ ਜਿਹੜੀਆਂ ਉਹ ਕਿਸ਼ਤਾਂ ਦੇ ਵਿੱਚ ਦੇਣੀਆਂ ਪੈ ਸਕਦੀਆਂ ਨੇ। ਔਰ ਕਹਿੰਦੇ ਕਿ 16ਵਾਂ ਵਿੱਤ ਕਮਿਸ਼ਨ ਜਿਹੜਾ ਉਹ 22-23 ਜੁਲਾਈ ਨੂੰ ਉਹ ਚੰਡੀਗੜ੍ਹ ਆ ਰਿਹਾ ਹੈ, ਤੇ ਉਹ ਕੋਈ ਮੁਸ਼ਕਲਾਤਾਂ ਦਾ ਹੱਲ ਜਿਹੜਾ ਉਹ ਮੁਸ਼ਕਲਾਤਾਂ ਦਾ ਕਰੂਗਾ ਜਾਂ ਫਿਰ ਨਹੀਂ, ਕਿਉਂਕਿ ਜਿਸ ਤਰੀਕੇ ਦੇ ਨਾਲ ਫ੍ਰੀ ਦੀਆਂ ਰਿਓੜੀਆਂ, ਬਿਜਲੀ ਵਾਲਾ ਜਿਹੜਾ ਸਾਰਾ ਸਿਸਟਮ ਆਪਣੇ ਨੰਬਰਿੰਗ ਬਣਾਉਣ ਦੇ ਲਈ ਸਾਰਾ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ, ਤਾਂ ਉਹ ਲੋਕਾਂ ਦੇ ਵੱਲੋਂ, ਅਹਿਮ ਲੋਕਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਸੀ ਕਿ ਭਾਈ ਬਿਜਲੀ ਫ੍ਰੀ ਨਹੀਂ, ਬਿਜਲੀ ਸਸਤੀ ਹੋਣੀ ਚਾਹੀਦੀ ਸੀ, ਤੇ ਤਾਂ ਜੋ ਲੋਕਾਂ ਦਾ ਵੀ ਫਾਇਦਾ ਹੁੰਦਾ ਤੇ PSPCL ਦਾ ਵੀ ਜਿਹੜਾ ਉਹ ਫਾਇਦਾ ਹੁੰਦਾ। ਇਹ ਹਟੇ ਨੀ, ਇਹਨਾਂ ਨੇ ਬੜਾ ਕੁਝ, ਹਲੇ ਤਾਂ ਫ੍ਰੀ ਵਾਲੇ ਜਿਹੜੇ 1000-1000 ਰੁਪਈਆ ਉਹ ਵੀ ਜਿਹੜਾ ਰਹਿੰਦਾ ਉਹ ਵੀ ਕਹਿੰਦੇ ਹੁਣ ਇਹ 1000-1100 ਕਰ ਦੇਣਾ, ਪਰ ਮੁਸ਼ਕਲਾਂ ਜਿਹੜੀਆਂ ਉਹ ਵਧੀਆਂ ਹੋਈਆਂ ਭਗਵੰਤ ਮਾਨ ਉਹਨਾਂ ਦੀਆਂ, ਤਾਂ ਉਹ ਕੋਈ 16ਵਾਂ ਵਿੱਤ ਕਮਿਸ਼ਨ ਜਿਹੜਾ ਉਹ ਕੋਈ ਇਹਨਾਂ ਦਾ ਮਸਲਾ ਹੱਲ ਕਰੂਗਾ ਜਾਂ ਜਾਨ ਇਸੇ ਤਰੀਕੇ ਦੇ ਨਾਲ ਕੁੜਿੱਕੀ ਚ ਫਸੀ ਰਹੂਗੀ। ਸੁਖਿੰਦਰ ਜੀ, ਮੈਂ ਤੁਹਾਡੀ ਗੱਲ ਥੋੜਾ ਜਿਹਾ ਦਰੁਸਤ ਕਰਦਾ। ਭਗਵੰਤ ਮਾਨ ਦੀ ਜਾਨ ਕਿੜਕੀ ਚ ਨਹੀਂ, ਜੇ ਫਸੀ ਕਿੜਕੀ ਚ ਉਹਨਾਂ ਪੰਜਾਬ ਦੇ ਮੁਲਾਜ਼ਮਾਂ ਦੀ ਜਾਂ ਉਹਨਾਂ ਪੈਨਸ਼ਨਰਾਂ ਦੀ ਫਸਣੀ ਆ ਕਿ ਜਿਹਨਾਂ ਨੂੰ ਜਿਹੜੀਆਂ ਤਨਖਾਹਾਂ ਨੇ ਕਿਸ਼ਤਾਂ ਦੇ ਰੂਪ ਚ ਮਿਲਣੀ ਜਾਂ ਪੜਾਵਾਰ ਮਿਲਣੀ ਆ। ਭਗਵੰਤ ਮਾਨ ਨੂੰ ਤਾਂ ਜਾਂ ਉਸਦੇ ਮੰਤਰੀਆਂ ਨੂੰ ਤਾਂ ਨਹੀਂ ਮੇਰਾ ਖਿਆਲ ਕੋਈ ਫਰਕ ਪੈਣਾ, ਪਰ ਪੰਜਾਬ ਦੇ ਉਹਨਾਂ ਹਜ਼ਾਰਾਂ ਜਾਂ ਲੱਖਾਂ ਲੋਕਾਂ ਨੂੰ ਸੁਖਵਿੰਦਰ ਜੀ ਫਰਕ ਪਊਗਾ ਜਿਹਨਾਂ ਦਾ ਤਨਖਾਹਾਂ ਦੇ ਉੱਤੇ ਬਸਰ ਜੀਵਨ ਬਸਰ ਹੁੰਦਾ, ਤਾਂ ਉਹਦੇ ਸੰਬੰਧੀ ਉਹਨਾਂ ਦੀ ਮੁਸ਼ਕਲਾਂ ਸੁਖਵਿੰਦਰ ਜੀ ਜ਼ਰੂਰ ਵਧੀਆ ਸਰਕਾਰ ਦੀਆਂ ਕੀ ਵਧੀਆ ਸਰਕਾਰ ਨੂੰ, ਚਲੋ ਜਿਤਨਾ ਮਹੀਨੇ ਰੋਂਦੇ ਢੁੰਡੇ ਇਹਨਾਂ ਨੇ ਆਪਣਾ ਟਾਈਮ ਕੱਢ ਲੈਣਾ। ਮੈਂ ਤੁਹਾਡੇ ਹੁਣ ਪ੍ਰਸ਼ਨ ਦਾ ਉੱਤਰ ਦਿੰਦਾ। ਸੁਖਵਿੰਦਰ ਜੀ, 22 ਔਰ 23 ਜੁਲਾਈ ਨੂੰ ਜਿਹੜੇ ਵਿੱਤ ਕਮਿਸ਼ਨ ਦੇ ਚੇਅਰਮੈਨ ਨੇ ਉਹ ਪੰਜਾਬ ਦੇ ਦੌਰੇ ਤੇ ਆ ਰਹੇ ਆ, ਅੱਜ ਤੋਂ 2 ਦਿਨ ਪਹਿਲਾਂ ਵੀ ਜਿਹੜੇ ਨੇ ਭਗਵੰਤ ਮਾਨ ਹੁਣੀ ਵਿੱਤ ਕਮਿਸ਼ਨ ਨੂੰ ਮਿਲ ਕੇ ਆਏ ਸੀ ਦਿੱਲੀ ਦੇ ਵਿੱਚ, ਤੇ ਜਾ ਕੇ ਉੱਥੇ ਹਾਲ ਹਵਾਲਾ ਕੀਤਾ ਤੇ ਵਿਸ਼ੇਸ਼ ਪੈਕੇਜ, ਵਿੱਤੀ ਪੈਕੇਜ ਦੇਣ ਦੀ ਜਿਹੜੀ ਉਹ ਗੱਲ ਜਿਹੜੀ ਅਸੀਂ ਨੂੰ ਸਭ ਉਹਨਾਂ ਨੇ ਕੀਤੀ ਸੀ। ਪਰ ਜਿਹੜੇ 16ਵੇਂ ਵਿੱਤ ਕਮਿਸ਼ਨ ਜਿਹੜੇ ਹੈਗੇ ਨੇ ਚੇਅਰਮੈਨ ਸ੍ਰੀ ਅਰਵਿੰਦ ਪਨਗਰੀ ਆ, ਉਹ ਕਹਿੰਦੇ ਕਿ ਉਹ ਵਿੱਤੀ ਮਨਜਾਣਿਆ ਮਛਾਣਿਆ ਅਰਥ ਸ਼ਾਸਤਰੀ ਆ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਬਸਿਡੀਆਂ ਦੇਣ ਦੇ ਬੜਾ ਖਿਲਾਫ ਹੈਗਾ, ਤੇ ਪੰਜਾਬ ਚ ਬਿਲਕੁਲ ਉਸਦੇ ਉਲਟ, ਉਸਦੀ ਸੋਚ ਦੇ ਉਲਟ ਜਾਂ ਉਸਦੇ ਨਿਯਮਾਂ ਦੇ ਉਲਟ ਸਬਸਿਡੀਆਂ ਦਾ ਦੌਰ ਜਿਹੜਾ ਸਿੱਧੂ ਸਾਹਿਬ ਜਾਰੀ ਆ, ਚਾਹੇ ਉਹ ਬਿਜਲੀ ਦੇ ਖੇਤਰ ਚ ਹੋਵੇ ਚਾਹੇ ਕਿਸੇ ਰੂਪ ਦੇ ਵਿੱਚ ਹੋਵੇ, ਸਬਸਿਡੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਉਹਨਾਂ ਨੇ 22 ਤਰੀਕ ਨੂੰ ਆਉਣਾ, ਤੇ 22 ਤਰੀਕ ਨੂੰ ਆਣ ਕੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੁਲਾਕਾਤ ਕਰਨੀ ਆ, ਮੰਤਰੀਆਂ ਨਾਲ ਵੀ ਕਰਨੀ ਆ, ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਕਰਨੀ ਆ। ਤੇ ਜਦੋਂ ਇਹ ਪੰਜਾਬ ਸਰਕਾਰ ਦੇ ਦਿੱਤੇ ਸਬਸਿਡੀਆਂ ਦੇ ਵੇਰਵਿਆਂ ਦੇ ਸੰਬੰਧੀ ਉਹਨਾਂ ਨੇ ਜਦੋਂ ਜਾਂਚ ਪੜਤਾਲ ਕਰਨੀ ਆ, ਤਾਂ ਸਿੱਧੂ ਸਾਹਿਬ, ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਹੜਾ ਆ 16ਵਾਂ ਵਿੱਤ ਕਮਿਸ਼ਨ ਜਿਹੜਾ ਹੈਗਾ ਕੋਈ ਵਿੱਤੀ ਜਿਹੜਾ ਵਿਸ਼ੇਸ਼ ਪੈਕੇਜ ਜਿਹੜਾ ਪੰਜਾਬ ਸਰਕਾਰ ਨੂੰ ਦੇ ਸਕੇ, ਕਿਉਂਕਿ ਪੰਜਾਬ ਸਰਕਾਰ ਦਾ ਅੱਗੇ ਹੀ ਦਿਵਾਲੀਆਪਨ ਸਿੱਧੂ ਸਾਹਿਬ ਉਹ ਨਿਕਲਿਆ ਪਿਆ ਆ, ਖਾਸ ਤੌਰ ਤੇ ਸਬਸਿਡੀਆਂ ਦੇ ਸੰਦਰਭ ਚ। ਬੀਤੇ ਦਿਨਾਂ ਵਿੱਚ ਜਦੋਂ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ, ਤਾਂ ਸਿੱਧੂ ਸਾਹਿਬ ਉਸ ਵਕਤ ਵੀ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਇੰਨੀ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹੀ ਸੀ ਕਿ ਇਹ ਸਬਸਿਡੀਆਂ ਜਿਹੜੀਆਂ ਉਹ ਰੋਕ ਦੇਣੀਆਂ ਚਾਹੀਦੀਆਂ ਨੇ, ਨਹੀਂ ਤਾਂ ਤੁਸੀਂ ਵੇਖੋ ਕਿ ਸਤੰਬਰ ਚ ਵਿੱਤੀ ਸੰਕਟ ਜਿਹੜਾ ਉਹ ਪੈਦਾ ਹੋ ਸਕਦਾ, ਵਿੱਤੀ ਐਮਰਜੈਂਸੀ ਦੀ ਸਥਿਤੀ ਜਿਹੜੀ ਉਹ ਪੈਦਾ ਹੋ ਸਕਦੀ ਹੈ। ਤਾਂ ਸਿੱਧੂ ਸਾਹਿਬ ਉਸ ਜਿਹੇ ਹਾਲਾਤ ਜਿਹੜੇ ਆ ਉਹ ਬਣਦੇ ਜਿਹੜੇ ਉਹ ਨਜ਼ਰ ਆ ਰਹੇ ਆ। ਕਾਰਨ ਕੀ? ਇੱਕ ਤਾਂ ਕੇਂਦਰ ਸਰਕਾਰ ਜਿਹੜੀ ਹੈ ਸੁਖਵਿੰਦਰ ਜੀ, ਕੇਂਦਰ ਸਰਕਾਰ ਦੀ ਜਿਹੜੀਆਂ ਵੱਖ ਵੱਖ ਸਕੀਮਾਂ ਨੇ ਜਿਹੜੀਆਂ ਹਰ ਰਾਜਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਜਿਹਦੇ ਵਿੱਚ 60% ਜਿਹੜਾ ਹਿੱਸਾ ਉਹ ਕੇਂਦਰ ਦਾ ਹੁੰਦਾ ਤੇ 40% ਦਾ ਹਿੱਸਾ ਜਿਹੜਾ ਰਾਜ ਸਰਕਾਰ ਦਾ ਹੁੰਦਾ। ਕੇਂਦਰ ਸਰਕਾਰ ਇਸ ਤਰੀਕੇ ਨਾਲ ਆਪਣੀਆਂ ਸਕੀਮਾਂ ਵੱਖ ਵੱਖ ਰਾਜਾਂ ਨੂੰ ਦਿੰਦਾ ਹੈਗਾ। ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣਾ ਦੀ ਜਾਂ ਆਮ ਆਦਮੀ ਪਾਰਟੀ ਦੀ ਸੋਚ ਇਹ ਰਹੀ ਆ ਕਿ ਨਹੀਂ ਭਾਈ, ਇਹ ਕੇਂਦਰ ਦੀ ਯੋਜਨਾ ਤੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਆਉਣਾ, ਅਸੀਂ ਉਹ ਸਕੀਮ ਪੰਜਾਬ ਦੇ ਵਿੱਚ ਲਾਗੂ ਹੀ ਨਹੀਂ ਕਰਨੀ। ਤਾਂ ਸੁਖਵਿੰਦਰ ਜੀ, ਜਦੋਂ ਫਿਰ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਲੋਕਾਂ ਦੇ ਵਿਕਾਸ ਜਾਂ ਲੋਕਾਂ ਦੇ ਭਲੇ ਵਾਸਤੇ ਨਹੀਂ, ਰਾਜਨੀਤੀ ਦੀ ਭੇਟ ਚੜ੍ਹ ਜਾਣ, ਤਾਂ ਫਿਰ ਉੱਥੋਂ ਦਾ ਵਿੱਤੀ ਸੰਕਟ ਸੁਖਵਿੰਦਰ ਜੀ ਹੋਰ ਦਿਨ ਬੰਦੇ ਗੰਭੀਰ ਹੋਵੇਗਾ, ਜਿਸ ਤਰੀਕੇ ਨਾਲ ਹੁਣ ਹੋ ਰਿਹਾ। ਦੂਸਰੇ ਬੰਨੇ
10,000 crore ਰੁਪਈਆ ਜਿਹੜਾ ਫੰਡ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਨੱਪਿਆ ਪਿਆ, ਜਿਹਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦਾ ਆ, ਦਿਹਾਤੀ ਵਿਕਾਸ ਫੰਡ ਹੈਗਾ, ਹੋਰ ਕਈ ਫੰਡ ਨੇ ਜਿਹਨਾਂ ਦੀ ਜਿਹੜੀ ਕੁੱਲ ਲਾਗਤ 10,000 crore ਦੇ ਬਣਦੀ ਹੈ। ਤਾਂ ਸਿੱਧੂ ਸਾਹਿਬ, ਅੱਜ ਤੱਕ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਦੇ ਵੀ ਸਿਆਸੀ ਤੌਰ ਤੇ ਜਾਂ ਸਿਆਸੀ ਪੱਧਰ ਤੇ ਕੋਈ ਸਰਗਰਮੀ ਕੀਤੀ ਨਹੀਂ ਗਈ ਕਿ ਕੇਂਦਰ ਦੇ ਨਾਲ ਜਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਇਹ ਸਿਆਸੀ ਤੌਰ ਤੇ ਉਸਦਾ ਹੱਲ ਕੱਢਣ ਦੀ ਬਜਾਏ ਸੁਪਰੀਮ ਕੋਰਟ ਵੱਲ ਜਾਂਦੇ ਆ, ਤਾਂ ਸੁਪਰੀਮ ਕੋਰਟ ਦੇ ਵਿੱਚ ਫਿਰ ਜਿਸ ਤਰੀਕੇ ਦੀਆਂ ਸਥਿਤੀਆਂ ਬਣਦੀਆਂ ਨੇ ਉਹ ਤੁਹਾਨੂੰ ਪਤਾ, ਫਿਰ ਤਰੀਕ ਦਰ ਤਰੀਕ ਮਿਲਦੀ ਆ। ਤੇ ਦੂਜੇ ਪਾਸੇ ਪੰਜਾਬ ਦਾ ਜਿਹੜਾ ਖਜ਼ਾਨਾ ਸਿੱਧੂ ਸਾਹਿਬ ਉਹ ਬੇਹੱਦ ਗੰਭੀਰ ਸੰਕਟ ਵਿੱਚ ਜਾ ਰਿਹਾ। ਹੁਣ ਸਬਸਿਡੀਆਂ, ਇੱਕ ਪਾਸੇ ਸਬਸਿਡੀਆਂ, ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਡੱਕੇ ਗਏ ਫੰਡ, ਨੰਬਰ 3 ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਜਦੋਂ ਸਕੀਮਾਂ ਨੂੰ ਲਾਗੂ ਨਹੀਂ ਕਰਦੀ ਤਾਂ ਸੁਖਵਿੰਦਰ ਜੀ ਫਿਰ ਤੁਸੀਂ ਆਪੇ ਅਨੁਮਾਨ ਲਾ ਲਓ ਕਿ ਪੰਜਾਬ ਦੇ ਵਿੱਤੀ ਹਾਲਾਤ ਕਿਹੋ ਜਿਹੇ ਹੋਣਗੇ ਤਾਂ ਕਿਸ ਤਰੀਕੇ ਨਾਲ ਅਗਲੇ ਦਿਨਾਂ 'ਚ ਪੰਜਾਬ ਦੀਆਂ ਲੋਕਾਂ ਦਾ ਕਚੂਮਰ ਜਿਹੜਾ ਉਹ ਨਿਕਲ ਸਕਦਾ। ਇਹ ਵੀ ਗੱਲ ਕਰਦੀ ਹੈ ਕਿ 22,000 crore ਰੁਪਈਆ ਸੁਖਵਿੰਦਰ ਜੀ ਵਿਆਜ ਦੇ ਰੂਪ 'ਤੇ ਦਿੱਤਾ ਜਾਣਾ ਆ, ਵਿਆਜ ਦੇ ਰੂਪ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ। ਤੇ ਜਿਸ ਤਕਰੀਬ 16,000 crore ਰੁਪਈਆ ਸੁਖਵਿੰਦਰ ਜੀ ਮੂਲ ਆ ਜਿਹਦੇ ਉੱਤੇ ਇੰਨਾ ਕਰਜ਼ਾ ਜਿਹੜਾ ਵਿਆਜ ਜਿਹੜਾ ਬਣ ਚੁੱਕਾ, ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਵਿੱਤ ਕਮਿਸ਼ਨ ਆਊਗਾ ਸਮੁੱਚੇ ਹਾਲਾਤਾਂ ਦਾ ਉਹ ਜਾਇਜ਼ਾ ਲਊਗਾ, ਮੇਰਾ ਨਹੀਂ ਖਿਆਲ ਕਿ ਪੰਜਾਬ ਸਰਕਾਰ ਦੇ ਪ੍ਰਤੀ ਉਹ ਕਿਸੇ ਕਿਸਮ ਦਾ ਕੋਈ ਹਮਦਰਦੀ ਦਾ ਰਵੱਈਆ ਰੱਖੇ। ਸੋ ਇਹ ਵਿੱਤ ਕਮਿਸ਼ਨ ਜਦੋਂ ਆਏਗਾ ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਭਾਜੜਾਂ ਪਈਆਂ ਨੇ ਔਰ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣਾ ਨੇ ਕਹਿੰਦੇ ਉਸ ਦਿਨ ਤਰਲੇ ਮਾਰੇ ਆ ਕਿ ਹਾਂ ਕੁੱਝ ਨਾ ਕੁੱਝ ਪੰਜਾਬ ਸਰਕਾਰ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰਨ ਵਾਸਤੇ ਕੁੱਝ ਵਿਸ਼ੇਸ਼ ਪੈਕੇਜ ਦਿੱਤਾ ਜਾਵੇ, ਕਹਿੰਦੇ ਤਰਲੇ ਮਾਰੇ ਵਾਸਤੇ ਪਏ ਆ। ਪਰ ਲੱਗਦਾ ਨਹੀਂ ਆ ਕਿ ਉਹ ਜਿਹੜੇ ਅਰਵਿੰਦ ਨੇ ਕੋਈ ਇਹਨਾਂ ਦੇ ਪ੍ਰਤੀ ਪੰਜਾਬ ਸਰਕਾਰ ਦੇ ਪ੍ਰਤੀ ਕੋਈ ਨਰਮ ਰੁੱਖ ਰੱਖਣ, ਕਿਉਂਕਿ ਅਗਲਿਆਂ ਨੇ ਉਸ ਡਾਟਾ ਤੇ ਜਾਂ ਜੋ ਕੁਛ ਤੁਹਾਨੂੰ ਬੀਤੇ ਸਮੇਂ ਦੇ ਵਿੱਚ ਮਿਲਿਆ ਉਸ ਆਧਾਰ ਤੇ ਹੀ ਅਗਲੇ ਫੰਡ ਜਿਹੜੇ ਆ ਸਿੱਧੂ ਸਾਹਿਬ ਵਿੱਤ ਕਮਿਸ਼ਨ ਨੇ ਦੇਣੇ ਆ। ਤੇ ਜਦੋਂ ਪਿਛਲੇ ਫੰਡਾਂ ਦੀ ਝੋਲ ਆ, ਕਈ ਤਰੀਕੇ ਦੇ ਫੰਡ ਤੁਸੀਂ ਜਾਣ ਬੁੱਝ ਕੇ ਨਹੀਂ ਲੈ ਰਹੇ ਜਾਂ ਕੇਂਦਰ ਸਰਕਾਰ ਦੇ ਰਹੀ ਨਹੀਂ, ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਨਹੀਂ ਕਰ ਰਹੇ, ਤਾਂ ਫਿਰ ਸੁਖਵਿੰਦਰ ਜੀ ਵਿੱਤ ਕਮਿਸ਼ਨ ਕੋਲ ਇਹ ਕੀ ਭਾਲਦੇ ਆ? ਸੋ ਸਤੰਬਰ ਤੋਂ ਬਾਅਦ ਅਗਸਤ ਚੱਲ ਰਿਹਾ, ਅੱਜ 18 ਤਰੀਕ ਹੋ ਗਈ ਆ, 15-20 ਦਿਨਾਂ ਤੱਕ ਜਿਹੜਾ ਅਗਲਾ ਮਹੀਨਾ ਸਤੰਬਰ ਸ਼ੁਰੂ ਹੋ ਜਾਣਾ। ਤੇ ਸਿੱਧੂ ਸਾਹਿਬ ਜੇ ਇਹੋ ਹੀ ਹਾਲਾਤ ਰਹੇ ਤਾਂ ਫਿਰ ਪੰਜਾਬ ਦੇ ਲੋਕਾਂ ਦੀ, ਉਹਨਾਂ ਲੋਕਾਂ ਦੀ ਜਿਹੜੇ ਦਿਹਾੜੀਦਾਰ ਮੁਲਾਜ਼ਮ ਨੇ ਜਾਂ ਕਿਤੇ ਵੀ ਕੰਮ ਜਿਹੜਾ ਕਰਦੇ ਨੇ ਉਹਨਾਂ ਦਾ ਕਚੂਮਰ ਤਾਂ ਜ਼ਰੂਰ ਨਿਕਲਣਾ। ਭਗਵੰਤ ਮਾਨ ਉਹਨਾਂ ਨੂੰ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਸੁਖਵਿੰਦਰ ਜੀ, ਇਹ ਉਹੀ ਜਾਣਦੇ ਆ, ਪਰ ਪੰਜਾਬ ਦੇ ਲੋਕ ਜਿਹੜੇ ਸਿੱਧੂ ਸਾਹਿਬ ਜ਼ਰੂਰ ਪ੍ਰਭਾਵਿਤ ਹੋਣਗੇ ਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਫਿਰ ਉਹ ਸਰਕਾਰ ਦੀ ਬਣਦੀ ਹੈ। ਦੇਖਦੇ ਹਾਂ ਸਰਕਾਰ ਇਸ ਦੇ ਸੰਬੰਧੀ ਅਗਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਨਿਰਣਾ ਜਿਹੜਾ ਉਹ ਲੈਂਦੀ ਹੈਗੀ। ਜੀ ਬਿਲਕੁਲ, ਉਧਰ ਵਿੱਤੀ ਸੰਕਟ ਬਣਿਆ ਹੋਇਆ, ਪੈਸਾ ਕਿਤੋਂ ਆ ਨਹੀਂ ਰਿਹਾ, ਸਕੀਮ ਇਹਨਾਂ ਦੀ ਕੋਈ ਚੱਲ ਨਹੀਂ ਰਹੀ, ਨਿਵੇਸ਼ ਆ ਨਹੀਂ ਰਿਹਾ, ਇੰਡਸਟਰੀ ਨਹੀਂ ਆ ਰਹੀ, ਮਤਲਬ ਹਾਲਾਤ ਜਿਹੜੇ ਉਹ ਬਦ ਤੋਂ ਵੀ ਬਦਤਰ ਹੁੰਦੇ ਜਾ ਰਹੇ ਆ। ਔਰ ਉਧਰ ਦੂਜੇ ਪਾਸੇ ਕੇਂਦਰ ਦੀਆਂ ਜਿੱਥੇ ਸਕੀਮਾਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ, ਕੇਂਦਰ ਦਾ ਪੈਸਾ ਜਿਹੜਾ ਦਿੱਤਾ ਉਹ ਕੇਂਦਰ ਦੀਆਂ ਸਕੀਮਾਂ ਤੇ ਨਹੀਂ ਲਾਇਆ ਜਾ ਰਿਹਾ, ਸਗੋਂ ਦੀ ਜਿਹੜੇ ਕੇਂਦਰ ਦੇ ਪ੍ਰੋਜੈਕਟ ਵੀ ਅਣਖੀ ਸਾਹਿਬ ਆ ਰਹੇ ਆ, ਉਹ ਵੀ ਪੰਜਾਬ ਸਰਕਾਰ ਇੱਥੇ ਜਿਹੜੇ ਉਹਨਾਂ ਨੂੰ ਲਵਾ ਨਹੀਂ ਪਾ ਰਹੀ। ਜਿਵੇਂ ਤੁਸੀਂ ਕੌਮੀ ਸੜਕ ਮਾਰਗ ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਉੱਤੇ ਪੰਜਾਬ ਸਰਕਾਰ ਦੀ ਕਾਫੀ ਝਾੜ ਝਾਂਬੀ ਹੋਈ ਹੈ, ਤੇ ਉਹਨਾਂ ਨੇ ਕਹਿਤਾ ਕਿ ਜੇ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਅਸੀਂ ਜਿਹੜਾ ਵਾਪਸ ਲੈ ਜਾਂਦੇ ਹਾਂ। ਤੇ ਹੁਣ ਪਤਾ ਲੱਗਿਆ ਕਿ ਉਹ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਆਪ ਕਮਾਨ ਸਾਂਭਣ ਲੱਗੇ ਆ, ਸਿੱਧੇ ਗੱਲਬਾਤ ਕਰਨਗੇ ਕਿਸਾਨਾਂ ਦੇ ਨਾਲ, ਤਾਂ ਕਿਵੇਂ ਦੇਖਦੇ ਹੋ ਇਹ ਫੇਲੀਅਰ ਲਗਾਤਾਰ ਹੀ ਜਿਹੜਾ ਉਹ ਚੱਲੀ ਜਾ ਰਿਹਾ? ਸਿੱਧੂ ਸਾਹਿਬ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਮ ਆਦਮੀ ਪਾਰਟੀ ਸਰਕਾਰ ਤਾਂ ਪੰਜਾਬ 'ਚ ਬਣਾ ਗਈ, ਪਰ ਕੰਮ ਕਰਨ ਦਾ ਉਹ ਤਜਰਬਾ ਨਾ ਤਾਂ ਮੁੱਖ ਮੰਤਰੀ ਸਾਹਿਬ ਕੋਲ ਆ, ਨਾ ਹੀ ਇਹਨਾਂ ਦੇ ਵਿਧਾਇਕਾਂ ਕੋਲ, ਤਾਂ ਨਾ ਹੀ ਇਹਨਾਂ ਦੇ ਮੰਤਰੀਆਂ ਕੋਲ। ਜਿਸਦਾ ਸਿੱਟਾ ਤੁਸੀਂ ਇਹ ਦੇਖ ਲਓ ਕਿ ਪੰਜਾਬ ਕਿਹੜੀ ਹਾਲਤ 'ਚ ਕਿਹੜੀ ਸਥਿਤੀ ਤੱਕ ਪਹੁੰਚ ਗਿਆ, ਜਿੱਥੇ ਵਿੱਤੀ ਹਾਲਾਤ ਜਿਹੜੇ ਨੇ ਪੰਜਾਬ ਦੇ ਝੁੰਮਰ ਕੱਢਤਾ ਪੰਜਾਬ ਦਾ ਵਿੱਤੀ ਹਾਲਾਤਾਂ ਦੇ ਕਾਰਨ। ਤੇ ਉੱਥੇ ਜਿਹੜੇ ਕੇਂਦਰ ਦੇ ਪ੍ਰੋਜੈਕਟ ਨੇ ਸੜਕਾਂ ਵੱਲੋਂ ਜਿਹੜੇ ਕੌਮੀ ਮਾਰਗ ਬਣਾਏ ਜਾਣੇ ਸਨ, ਖਾਸ ਤੌਰ ਤੇ ਦਿੱਲੀ ਕਟੜਾ ਅੰਮ੍ਰਿਤਸਰ ਹਾਈਵੇ, ਉਹ ਸੁਖਵਿੰਦਰ ਜੀ ਪ੍ਰੋਜੈਕਟ ਦੇ ਉੱਤੇ
ਤੇ ਉਹਦੇ ਨਾਲ ਹੀ ਨਾਲ ਹੋਰ ਪ੍ਰੋਜੈਕਟ ਜਿਹੜੇ ਸੜਕਾਂ ਦੇ ਨੇ, ਸੁਖਵਿੰਦਰ ਜੀ, ਪੰਜਾਬ ਸਰਕਾਰ ਠੀਕ ਤਰੀਕੇ ਨਾਲ ਉਹਨਾਂ ਨੂੰ ਇੰਪਲੀਮੈਂਟ ਹੀ ਨਹੀਂ ਕਰਾ ਸਕੀ। ਕਿਸਾਨਾਂ ਨੂੰ ਪੈਸੇ ਮਿਲ ਕੇ ਪਰ ਜ਼ਮੀਨ ਅਕਵਾਇਰ ਕਰਨ ਦੇ ਵਿੱਚ ਸੁਖਵਿੰਦਰ ਜੀ ਪੰਜਾਬ ਸਰਕਾਰ ਪੂਰਨ ਤੌਰ ਤੇ ਫੇਲ ਰਹੀ ਹੈ, ਪੂਰਨ ਤੌਰ ਤੇ ਅਸਫਲ ਰਹੀ ਹੈ। ਹੁਣ ਨਿਤਿਨ ਗਡਕਰੀ ਉਹਨਾਂ ਨੇ ਉਸ ਦਿਨ ਬੀਤੇ ਦਿਨ ਵੀ ਅਸੀਂ ਪ੍ਰੋਗਰਾਮ ਕੀਤਾ ਕਿ ਜਦੋਂ ਮੁਲਾਕਾਤ ਕੀਤੀ ਤੇ ਇੰਨੀ ਗੱਲ ਉਹਨਾਂ ਨੇ ਕਹਿਤੀ ਕਿ ਜੇਕਰ 15 ਜਾਂ 20 ਦਿਨਾਂ ਦੇ ਵਿੱਚ ਇਹ ਕੰਮ ਨਾ ਠੀਕ ਹੋਇਆ ਤੇ ਅਸੀਂ ਪ੍ਰੋਜੈਕਟ ਜਿਹੜੇ ਉਹ ਵਾਪਸ ਲੈ ਲਾਂਗੇ। ਔਰ ਕਹਿੰਦੇ ਨੇ ਕਿ ਇੱਕ ਪ੍ਰੋਜੈਕਟ ਵਾਪਸ ਵੀ ਉਹਨਾਂ ਨੂੰ ਲਿਆ ਗਿਆ, 3300 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਸੀ। ਤਾਂ ਇਸ ਵੇਲੇ 52,000 ਕਰੋੜ ਦੇ ਸੁਖਵਿੰਦਰ ਜੀ ਪੰਜਾਬ ਦੇ ਵਿੱਚ 1500 ਕਿਲੋਮੀਟਰ ਦੇ ਪ੍ਰੋਜੈਕਟ ਜਿਹੜੇ ਚੱਲ ਰਹੇ ਆ, ਪਰ ਜਿੱਥੇ ਚੱਲਦੇ ਕੇਂਦਰ ਸਰਕਾਰ ਦੇ ਪਏ ਆ, ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਉਹਨਾਂ ਕਿਸਾਨਾਂ ਪਾਸੋਂ ਜ਼ਮੀਨਾਂ ਅਕਵਾਇਰ ਕਰਨ ਦੇ ਵਿੱਚ ਪੂਰਨ ਤੌਰ ਤੇ ਅਸਫਲ ਰਹੀ ਆ ਕਿ ਕੇਂਦਰ ਸਰਕਾਰ ਨੂੰ ਦੇ ਸਕੇ, ਪੰਜਾਬ ਸਰਕਾਰ ਇਹਦੇ ਮੁੱਦੇ ਤੇ ਉਹ ਸਫਲ ਨਹੀਂ ਹੋਈ। ਹੁਣ ਪਤਾ ਲੱਗਾ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਸੰਬੰਧੀ ਕਮਾਨ ਜਿਹੜੀ ਆਪ ਸੰਭਾਲੀ ਹੈ। ETU ਜਿਹੜੇ ਹਰਭਜਨ ਸਿੰਘ ਹੁਣ ਇਸ ਮਹਿਕਮੇ ਦੇ, ਉਹਨਾਂ ਨੂੰ ਵੀ ਮੀਟਿੰਗ ਕਰਕੇ ਸੱਦਿਆ ਕਿ ਕਿਸਾਨਾਂ ਨਾਲ ਜਿਹੜੀ ਸਿੱਧੀ ਗੱਲਬਾਤ ਕਰਾਈ ਜਾਵੇ ਤਾਂ ਮੈਂ ਉਹਨਾਂ ਨਾਲ ਕਮਾਨ ਸਾਹਮਣ ਦਾ ਉਹਨਾਂ ਨਾਲ ਗੱਲਬਾਤ ਕਰਾਂਗਾ। ਮੈਨੂੰ ਯਾਦ ਆ ਸੁਖਵਿੰਦਰ ਜੀ, ਬੀਤੇ ਸਮੇਂ ਦੇ ਵਿੱਚ ਵੀ ਇਹਦੇ ਸੰਬੰਧੀ ਰੌਲਾ ਪਿਆ ਸੀ, ਪੰਜਾਬ ਦੇ ਅੰਦਰ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਨਾ ਕਰਤੀ। ਫਿਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਡੱਡਾ ਚਾੜਿਆ ਸੀ ਕਿ ਹਾਂ ਭਾਈ ਜਲਦ ਤੋਂ ਜਲਦ ਜਿਹੜੀਆਂ ਜ਼ਮੀਨਾਂ ਅਕਵਾਇਰ ਕਰਾ ਕੇ ਉਹ ਦਿੱਤੀਆਂ ਜਾਣ। ਉਦੋਂ ਥੋੜ੍ਹੀ ਜਿਹੀ ਹਰਕਤ ਹੋਈ, ਪਰ ਉਸ ਤੋਂ ਮਗਰੋਂ ਫਿਰ ਲੋਕ ਸਭਾ ਦੀਆਂ ਚੋਣਾਂ ਆ ਗਈਆਂ, ਕੁਝ ਹੋ ਗਿਆ ਤੇ ਉਹ ਪ੍ਰੋਜੈਕਟ ਵਿੱਚ ਇਹਦੇ ਵਿੱਚ ਹੀ ਰੁਕ ਗਿਆ। ਤੇ ਹੁਣ ਜਿਸ ਤਰੀਕੇ ਦੀ ਸਥਿਤੀਆਂ ਨਿਤਿਨ ਗਡਕਰੀ ਨੇ ਬਿਆਨ ਕੀਤੀਆਂ ਔਰ ਜਿਸ ਤਰੀਕੇ ਨਾਲ ਥ੍ਰੈਟ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ, ਤਾਂ ਸੁਖਵਿੰਦਰ ਜੀ ਲੱਗਦਾ ਨਹੀਂ ਫਿਰ ਪੰਜਾਬ ਜਿੱਥੇ ਵਿੱਤੀ ਸੰਕਟ ਕਰਕੇ ਪਛੜਿਆ ਪਿਆ, ਉੱਥੇ ਜੇਕਰ ਕੇਂਦਰ ਸਰਕਾਰ ਦੇ ਇਸ ਮੁੱਦੇ ਤੇ ਵੀ ਹੱਥ ਸੁਖਵਿੰਦਰ ਜੀ ਪਿਛਾਂ ਖਿੱਚ ਲਏ ਤਾਂ ਫਿਰ ਸਥਿਤੀ ਨੂੰ ਆਹ ਵੇਖਿਓ ਕਿ ਸੜਕਾਂ ਦੇ ਟੋਏ ਜਿਹੜੇ ਆ ਉਹ ਦਿਖਾਈ ਦੇਣਗੇ। ਨਾ ਕੌਮੀ ਪ੍ਰੋਜੈਕਟ ਇੱਥੇ ਲਾਗੂ ਹੋਣਾ ਸੜਕਾਂ ਦਾ, ਨਾ ਬਾਹਰੀ ਲੋਕਾਂ ਨੇ ਆਉਣਾ, ਨਾ ਨਿਵੇਸ਼ ਹੋਣਾ, ਨਾ ਹੀ ਕੁਝ ਹੋਰ ਹੋਣਾ, ਤਾਂ ਫਿਰ ਸਿੱਧੂ ਸਾਹਿਬ ਜਿਹੜੇ ਵਿੱਤੀ ਹਾਲਾਤ ਨੇ ਉਹ ਹੋਰ ਇਸ ਤੋਂ ਜ਼ਿਆਦਾ ਬਦਤਰ ਹੋ ਸਕਦੇ ਨੇ, ਕਿਉਂਕਿ ਆਵਾਜਾਈ ਸਭ ਤੋਂ ਜ਼ਿਆਦਾ ਕਿਸੇ ਵੀ ਰਾਜ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਰਾਜ ਦੇ ਵਿਕਾਸ ਵਾਸਤੇ। ਤਾਂ ਇੱਥੇ ਪੰਜਾਬ ਦਾ ਤਾਂ ਬੇੜਾ ਹੀ ਗਰਕ ਹੋਇਆ, ਕਦੇ ਕਿਸਾਨ ਕਿਸੇ ਥਾਂ ਤੇ ਧਰਨਾ ਲਾ ਕੇ ਬਹਿ ਜਾਂਦੇ ਆ, ਕਿਤੇ ਸੜਕਾਂ ਉਹ ਬੰਦ ਕਰ ਦਿੰਦੇ, ਕਿਤੇ ਰੇਲਾਂ ਰੋਕ ਦਿੱਤੀਆਂ ਜਾਂਦੀਆਂ। ਤੇ ਜੇਕਰ ਹੁਣ ਕੇਂਦਰ ਸਰਕਾਰ ਦੇ ਵੀ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਦੀ ਅਸਫਲਤਾ ਦੇ ਕਾਰਨ ਜੇਕਰ ਸੜਕਾਂ ਦੇ ਕੌਮੀ ਪ੍ਰੋਜੈਕਟ ਸੁਖਵਿੰਦਰ ਜੀ ਰੱਦ ਕਰਤੇ ਤਾਂ ਫਿਰ ਤਾਂ ਪੰਜਾਬ ਦਾ ਰੱਬ ਹੀ ਰੱਖਾ ਆ। ਵੇਖੋ ਕੀ ਬਣਦਾ ਅਗਲੇ ਦਿਨਾਂ 'ਚ। ਚਲੋ ਖੈਰ, ਇੱਕ ਗੱਲ ਚੰਗੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਹੁਣ ਕਮਾਨ ਸੰਭਾਲਦਾ, ਵੇਖਦੇ ਹਾਂ ਇਹਨਾਂ ਦੀ ਕਮਾਨ ਸੰਭਾਲੇ ਮੁੱਖ ਮੰਤਰੀ ਸਾਹਿਬ ਆਪਣੇ ਇਸ ਕਾਰਜ ਵਿੱਚ ਕਿੰਨੇ ਕੁ ਸਫਲ ਹੁੰਦੇ ਆ ਜਾਂ ਅਸਫਲ ਹੁੰਦੇ ਆ, ਇਹ ਤਾਂ ਸਿੱਧੂ ਸਾਹਿਬ ਆਉਂਦੇ ਦਿਨਾਂ 'ਚ ਪਤਾ ਲੱਗੇਗਾ।